ਜਿਹੜੀ ਪ੍ਰੇਰਣਾ ਮਾਂ ਤੋਂ ਮਿਲਦੀ ਹੈ ਉਹ ਸਭ ਤੋਂ ਚੰਗੀ ਪ੍ਰੇਰਣਾ ਹੁੰਦੀ ਹੈ। ਅਸੀਂ ਦੇਸ਼ ਦੀ ਵੰਡ ਵੇਲੇ ਪੂਰੀ ਤਰ੍ਹਾਂ ਉੱਜੜ ਕੇ ਭਾਰਤ ਪਹੁੰਚੇ ਸੀ। ਸਰਹੱਦ ਪਾਰ ਕਰਨ ਵੇਲੇ ਮੇਰੀ ਮਾਂ ਨੇ ਮੈਨੂੰ ਇੱਕ ਥੈਲੇ 'ਚ ਪਾਇਆ ਹੋਇਆ ਸੀ। ਬਚਪਨ 'ਚ ਮੈਨੂੰ ਸਭ ਤੋਂ ਵੱਧੇਰੇ ਖੁਸ਼ੀ ਇਸ ਗੱਲ ਦੀ ਸੀ ਕਿ ਉਹ ਸਾਡੀ ਮਾਂ ਸੀ। ਉਹਦੇ ਹੱਥਾਂ 'ਚ ਕਰਾਮਾਤ ਸੀ। ਉਹਦੇ ਬੋਲਾਂ 'ਚ ਬਰਕਤ ਸੀ। ਉਹ ਇੱਕ ਵਿਅਕਤੀ ਵਾਲੀ ਫੌਜ ਸੀ। ਉਹ ਸਾਨੂੰ ਆਸ਼ਾਵਾਦੀ ਸਾਖੀਆਂ ਤੇ ਕਹਾਣੀਆਂ ਸੁਣਾਉਂਦੀ ਸੀ ਮੇਰੀ ਮਾਂ ਉਸ ਜ਼ਮਾਨੇ ਦੀ 골ਡ ਮੈਡਲ ਨਾਲ ਪੰਜਵੀਂ ਪਾਸ ਸੀ ਜਦੋਂ ਤੀਜੀ ਪਾਸ ਲੜਕੀ ਦਾ ਤਹਿਸੀਲਦਾਰ ਨਾਲ ਵਿਆਹ ਹੋ ਜਾਂਦਾ ਸੀ ਉਹ ਕਹਿਆ ਕਰਦੀ ਸੀ ਮਜ਼ਬੂਤ ਬਣੋ ਸਾਨੂੰ ਸਰੀਰਕ ਪੱਖੋਂ ਮਜ਼ਬੂਤ ਬਣਾਉਣ ਲਈ ਉਹ ਅਕਸਰ ਕਾਲੇ ਛੋਲੇ ਬਣਾਉਂਦੀ ਕਹਿਆ ਕਰਦੀ ਸੀ ਹਿੰਮਤ ਕਰੋ ਮਿਹਨਤ ਨਾਲ ਅੱਗੇ ਵਧੋ ਔਖੇ ਕੰਮ ਕਰੋ ਸੌਖੇ ਹੋਰ ਕਰ ਲੈਣਗੇ ਉਹਦੀ ਸਭ ਤੋਂ ਵੱਡੀ ਪ੍ਰੇਰਣਾ ਸੀ ਕਿਸੇ ਦੀ ਅਗਵਾਈ ਨਾ ਲੀਕੋ ਆਪਣੇ ਆਗੂ ਆਪ ਬਣੋ ਆਪਣਾ ਨਿਸ਼ਾਨਾ ਆਪ ਲਿਖੋ ਮੇਰੀ ਮਾਂ ਇਹਨਾਂ ਸਾਰੇ ਗੁਣਾ ਲੱਛਣਾਂ ਦਾ ਕੁੱਲ ਜੋੜ ਸੀ ਧੰਨਵਾਦ